ਇਹ ਰੂਟੀਨ ਦੇ ਵਿੱਚ ਡੇਲੀ ਜਿਹੜਾ ਗੈਸ ਦਾ ਹੈਗਾ ਆਟੋ ਆ ਸਾਡੇ ਪਿੰਡ ਆਉਂਦਾ ਰੋਜ਼ ਹੀ ਰੋਜ਼ ਸਿਲੰਡਰ ਇੱਡੇ ਮੁੱਕਦੇ ਨਹੀਂ ਆ ਪਰ ਉਹਦੇ 'ਚ ਹੇਰਾ ਫੇਰੀ ਆ ਪਹਿਲਾਂ ਗੈਸ ਘੱਟ ਦਿੰਦੇ ਸੀ ਜਦੋਂ ਇਹਨੇ ਸ਼ਿਕਾਇਤ ਹੋਈ ਨਾ ਬੰਦੇ ਬਦਲ ਦਿੱਤੇ ਬੰਦੇ ਬਦਲ ਦੇ ਦੂਜਾ ਬੰਦਾ ਆ ਗਿਆ ਆ ਹੁਣ ਇਹਦੇ ਵਿੱਚ ਜਿਹੜਾ ਸਾਡਾ 1170 ਰੁਪਏ ਦਾ ਸਿਲੰਡਰ ਆ ਉਹ ਸਾਨੂੰ ਮਿਲਿਆ ਆ ਤਕਰੀਬਨ 5 ਕਿਲੋ ਲਾ ਲਓ ਤੇ 300-400 ਰੁਪਏ ਕਿਲੋ ਸਮੈਕ ਦੇ ਭਾਅ ਜਿਹੜੀ ਆ ਗੈਸ ਵੇਚਣ ਦੇ ਨੇ ਤੇ ਅਸੀਂ ਆ ਕੇ ਮੌਕੇ ਤੇ ਸਿਲੰਡਰ ਤੋਲੇ ਨੇ ਇੱਕ ਸਿਲੰਡਰ ਦੇ ਵਿੱਚ ਕਰੀਬ 8-8 ਕਿਲੋ ਪਾਣੀ ਇਸ ਤੋਂ ਉੱਪਰ ਵੀ ਹੋ ਸਕਦਾ ਇਸ ਤੋਂ ਪਿੱਛੇ ਥੋੜੇ ਦਿਨ ਹੋਏ ਸਾਡੀ ਇੱਥੇ ਆਪਣੀ ਕਾਨਫਰੰਸ ਹੋਈ ਹੈ ਬੜੀ ਤਗੜੀ ਉਹਦੇ ਵਿੱਚ ਇਹ ਸਿਲੰਡਰ ਲਏ ਸੀ ਤੇ ਉਦੋਂ ਇਹ ਸਾਡਾ ਪ੍ਰੋਗਰਾਮ ਦਾ ਪੂਰਾ ਨਿਭਾ ਨਹੀਂ ਕਰਾ ਸਕਦਾ ਮੇਰਾ ਨਾਮ ਸਰਵਣ ਸਿੰਘ ਹੈ ਜ਼ਿਲ੍ਹਾ ਮੀਤ ਪ੍ਰਧਾਨ ਸਾਨੂੰ ਇੱਥੋਂ ਸਰਪੰਚ ਸਾਹਿਬ ਦਾ ਫੋਨ ਗਿਆ ਸੀ ਅਤੇ ਪਿੰਡ ਦੇ ਵਿੱਚ ਇਹ ਗੈਸ ਏਜੰਸੀ ਵਾਲਿਆਂ ਦੀ ਗੱਡੀ ਖੜ੍ਹੀ ਆਈ ਹੈ ਮੌਕੇ 'ਤੇ ਅਸੀਂ ਆਏ ਹਾਂ ਇਹਨਾਂ ਦੇ ਮੈਨੇਜਰ ਸਾਹਿਬ ਨੂੰ ਸੱਦਿਆ ਇਹ ਵੀ ਹਾਜ਼ਰ ਹੈ ਡਰਾਈਵਰ ਵੀ ਇਹਨਾਂ ਦਾ ਹਾਜ਼ਰ ਆ ਅਤੇ ਅਸੀਂ ਆ ਕੇ ਮੌਕੇ 'ਤੇ ਸਿਲੰਡਰ ਤੋਲੇ ਨੇ ਇੱਕ ਸਿਲੰਡਰ ਦੇ ਵਿੱਚ ਕਰੀਬ 8-8 ਕਿਲੋ ਪਾਣੀ ਹੈ ਇਸ ਤੋਂ ਉੱਪਰ ਵੀ ਹੋ ਸਕਦਾ ਇਸ ਤੋਂ ਪਿੱਛੇ ਥੋੜ੍ਹੇ ਦਿਨ ਹੋਏ ਸਾਡੀ ਇੱਥੇ ਆਪਣੀ ਕਾਨਫਰੰਸ ਹੋਈ ਹੈ ਬੜੀ ਤਗੜੀ ਉਹਦੇ ਵਿੱਚ ਇਹ ਸਿਲੰਡਰ ਲਏ ਸੀ ਅਤੇ ਉਦੋਂ ਇਹ ਸਾਡਾ ਪ੍ਰੋਗਰਾਮ ਦਾ ਪੂਰਾ ਨਿਭਾ ਨਹੀਂ ਕਰਾ ਸਕੇ ਇਹਨਾਂ ਨੇ ਬਹੁਤ ਲੁੱਟ ਮਚਾਈ ਹੈ ਗਰੀਬ ਬੰਦਿਆਂ ਨੂੰ ਲੁੱਟ ਰਹੇ ਨੇ ਅਸੀਂ ਇਹਦੇ ਲਈ ਪੂਰਾ ਸਟੈਂਡ ਲਵਾਂਗੇ ਇਹਦੇ ਲਈ SDM ਸਾਹਿਬ ਦੇ ਧਿਆਨ 'ਚ ਲਿਆਉਂਦੇ ਅੱਜ DC ਸਾਹਿਬ ਦੇ ਵੀ ਧਿਆਨ 'ਚ ਲਿਆਵਾਂਗੇ ਲੋਕਾਂ ਦੇ ਨਾਲ ਇਹ ਬਹੁਤ ਨਜਾਇਜ਼ ਅਤੇ ਮਾੜਾ ਸਲੂਕ ਕਰ ਰਹੇ ਆ ਇੱਕ ਦਿਹਾੜੀਦਾਰ ਬੰਦਾ ਹੋਵੇ ਇੱਕ ਸਿਲੰਡਰ ਦੇ ਵਿੱਚ 5 ਕਿਲੋ ਗੈਸ ਹੋਵੇ ਅਤੇ ਇੱਕ ਉਹ 1100 ਰੁਪਈਏ ਦਾ ਲੈਂਦਾ ਹੋਵੇ ਤਾਂ ਉਹਨੂੰ 1200-30 ਰੁਪਈਏ ਵਾਪਸ ਮੋੜਨ 70 ਰੁਪਈਏ ਉਹ ਵੀ ਵੱਧ ਲੈਣ ਅਤੇ ਫਿਰ ਵੀ ਉਹਨੂੰ ਜਿਹੜੀ ਗੈਸ ਆ ਜਿਵੇਂ ਮੇਰੇ ਸਾਥੀ ਨੇ ਦੱਸਿਆ ਵੀ ਸਮੈਕ ਦੇ ਭਾਅ ਸਮੈਕ ਦਾ ਤਾਂ ਨਾ ਲੈਣਾ ਹੀ ਮਾੜਾ ਉਹ ਤਾਂ ਪਿੰਡ 'ਚ ਵੜ ਨਹੀਂ ਦੇਣੀ ਚਾਹੀਦੀ ਪਰ ਜੇ ਗਿਣੀਏ ਇਹਦੇ ਮਤਲਬ ਗਿਰੀਆਂ ਦੇ ਭਾਅ ਗੈਸ ਬਹੁਤ ਮਾੜੀ ਗੱਲ ਇਹਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕਰਦੇ ਹਾਂ ਐਸਾ ਕਦਮ ਹੋਣ ਨਹੀਂ ਦੇਵਾਂਗੇ ਪ੍ਰਸ਼ਾਸਨ ਨੂੰ ਇਹਦੀ ਜਾਣਕਾਰੀ ਦਿੰਦੇ ਹਾਂ ਇਹਨਾਂ ਦੇ ਧਿਆਨ 'ਚ ਲਿਆਉਂਦੇ ਇਹਨਾਂ ਦੀ ਬਣਦੀ ਕਾਰਵਾਈ ਕੀਤੀ ਜਾਵੇ ਇਹ ਜਿਹੜੀ ਏਜੰਸੀ ਆ ਇੰਨੀ ਲੁੱਟ ਖਸੁੱਟ ਇਹਨਾਂ ਮਚਾਈ ਇਹਨਾਂ 'ਤੇ ਕਾਰਵਾਈ ਕੀਤੀ ਜਾਵੇ ਅਤੇ ਅੱਗੇ ਵੀ ਇਹ ਜਿਹੜੀ ਸ਼ਿਕਾਇਤ ਆ ਪਿੰਡ ਦੇ ਵਿੱਚ ਆਉਂਦੀ ਸੀ ਪਰ ਯੂਨੀਅਨ ਵਾਲਿਆਂ ਜਿਹੜੀ ਗੈਸ ਲਈ ਸੀਗੀ ਇਹ ਜਦੋਂ ਅਸੀਂ ਪ੍ਰੋਗਰਾਮ ਚਲਾਇਆ ਤਾਂ ਸਾਡਾ ਸਬਜ਼ੀ ਭਾਜੀ ਬਣੀ ਨਾ ਅਤੇ ਗੈਸ ਮੁੱਕ ਗਈ ਉਹਦੇ ਵਿੱਚ ਵੇਟ ਕੀਤਾ ਗਿਆ ਅਤੇ ਵੇਟ ਦੇ ਵਿੱਚ ਜਿਹੜਾ ਖਾਲੀ ਗੈਸ ਆ ਉਹ 24 ਕਿਲੋ ਵੇਟ ਨਿਕਲਿਆ ਇਹਨਾਂ ਦਾ ਮੈਨੇਜਰ ਵੀ ਇੱਥੇ ਆ ਅਤੇ ਡਰਾਈਵਰ ਵੀ ਆ ਇਹਨਾਂ ਦੇ ਸਾਹਮਣੇ ਤੋਲ ਦਿੱਤਾ ਕੰਡੇ ਦੇ ਉੱਤੇ ਇਹ ਸਾਡੀ ਜਿਹੜੀ ਲੁੱਟ ਆ ਬੜੇ ਸਮੇਂ ਤੋਂ ਹੋ ਰਹੀ ਸੀਗੀ ਪਰ ਪਿੰਡ ਦੇ ਜਿਹੜੇ ਲੋਕ ਨੇ ਅਵੇਅਰ ਨਾ ਹੋਣ ਕਰਕੇ ਜਿਹੜੀਆਂ ਸਾਡੀਆਂ ਮਾਤਾਵਾਂ ਨੇ ਭੈਣਾਂ ਨੇ ਉਹ ਸਿਲੰਡਰ ਦੇ ਦਿੰਦੀਆਂ ਤਾਂ ਵਾਪਸ ਸਿਲੰਡਰ ਲੈ ਲੈਂਦੀਆਂ ਪਹਿਲੀ ਗੱਲ ਇਹ ਆ ਇਹ ਜਿਹੜੀ ਲੁੱਟ ਆ ਇਹ ਇਹਨਾਂ ਦੀ ਮਿਲੀ ਭੁਗਤ ਨਾਲ ਹੋ ਰਹੀ ਆ ਅਸੀਂ ਫੜੇ ਤਾਂ ਹੈਗੇ ਨੇ ਸਾਬਰ ਗੈਸ ਏਜੰਸੀ ਵਾਲੇ ਪਰ ਉਹਦੀ ਮਦਦ ਦੇ ਉੱਤੇ ਠੇਠਰਕਿਆਂ ਗੈਸ ਏਜੰਸੀ ਵਾਲੇ ਵੀ ਆ ਗਏ ਨੇ ਇਹ ਰੂਟੀਨ ਦੇ ਵਿੱਚ ਡੇਲੀ ਜਿਹੜਾ ਗੈਸ ਦਾ ਹੈਗਾ ਆਟੋ ਆ ਸਾਡੇ ਪਿੰਡ ਆਉਂਦਾ ਰੋਜ਼ ਹੀ ਰੋਜ਼ ਸਿਲੰਡਰ ਇੱਡੇ ਮੁੱਕਦੇ ਨਹੀਂ ਆ ਪਰ ਉਹਦੇ 'ਚ ਹੇਰਾ ਫੇਰੀ ਆ ਪਹਿਲਾਂ ਗੈਸ ਘੱਟ ਦਿੰਦੇ ਸੀ ਜਦੋਂ ਇਹਨੇ ਸ਼ਿਕਾਇਤ ਹੋਈ ਨਾ ਬੰਦੇ ਬਦਲ ਦਿੱਤੇ ਬੰਦੇ ਬਦਲ ਦੇ ਦੂਜਾ ਬੰਦਾ ਆ ਗਿਆ ਆ ਹੁਣ ਇਹਦੇ ਵਿੱਚ ਜਿਹੜਾ ਸਾਡਾ 1170 ਰੁਪਈਏ ਦਾ ਸਿਲੰਡਰ ਆ ਉਹ ਸਾਨੂੰ ਮਿਲਿਆ ਆ ਤਕਰੀਬਨ 5 ਕਿਲੋ ਲਾ ਲਓ ਅਤੇ 300-400 ਰੁਪਈਏ ਕਿਲੋ ਸਮੈਕ ਦੇ ਭਾਅ ਜਿਹੜੀ ਆ ਗੈਸ ਵੇਚਣ ਦੇ ਨੇ ਅਤੇ ਇਹੋ ਜਿਹਾ ਇਹਨਾਂ ਦਾ ਧੰਦਾ ਆ ਸਾਰਿਆਂ ਨੂੰ ਅਸੀਂ ਬੇਨਤੀ ਕਰਾਂਗਾ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਾਂਗਾ ਕਿ ਅੱਜ ਤਾਂ ਕਿਸਾਨ ਮਜ਼ਦੂਰ ਯੂਨੀਅਨ ਦਾ ਪ੍ਰੋਗਰਾਮ ਹੈ ਅਤੇ ਯੂਨੀਅਨ ਵਾਲਿਆਂ ਨੇ ਇਹਨਾਂ ਨੂੰ ਫੜਿਆ ਆ ਪਰ ਸਾਰੇ ਪਿੰਡ ਪਿੰਡ ਦੇ ਜਿਹੜੇ ਲੋਕ ਨੇ ਜਿੰਨੇ ਵੀ ਸੁਣਨ ਵਾਲੇ ਨੇ ਉਹ ਗੈਸ ਸਿਲੰਡਰ ਨੂੰ ਤੋਲ ਕੇ ਲਿਆ ਕਰੋ ਅਤੇ ਜਦੋਂ ਵਾਪਸ ਕਰਦੇ ਜੇ ਉਦੋਂ ਵੀ ਉਹਨੂੰ ਕਹੋ ਵੀ ਕੰਡਾ ਲਾਇਆ ਅਤੇ ਤੋਲ ਕੇ ਉਹਨੂੰ ਵਾਪਸ ਉਨੀ ਗੈਸ ਦੇ ਪੈਸੇ ਘੱਟ ਦਿਆ ਕਰੋ ਅਤੇ ਮੈਂ ਪ੍ਰਸ਼ਾਸਨ ਦੇ ਕੋਲੋਂ ਬੇਨਤੀ ਕਰਦਾ DC ਸਾਹਿਬ ਦੇ ਕੋਲੋਂ SDM ਸਾਹਿਬ ਦੇ ਕੋਲੋਂ SHO ਡੇਰਾ ਬਾਬਾ ਨਾਨਕ ਦੇ ਕੋਲੋਂ ਬੇਨਤੀ ਕਰਦੇ ਹਾਂ ਕਿ ਇਹਨਾਂ ਦੇ ਉੱਤੇ ਬਣਦੀ ਕਾਰਵਾਈ ਕੀਤੀ ਜਾਵੇ ਪਰਚਾ ਹੋਵੇ ਏਜੰਸੀ 'ਤੇ ਹੋਵੇ ਡਰਾਈਵਰ 'ਤੇ ਹੋਵੇ ਆਹ ਮੈਨੇਜਰ ਸਾਹਿਬ ਨੇ ਉਹ ਵੀ ਨਹੀਂ ਗੇ ਮੰਨਦੇ ਮੈਨੇਜਰ ਸਾਹਿਬ ਇਹ ਆਉਂਦੇ ਨੇ ਪਿੱਛੋਂ ਪਾਣੀ ਆਉਂਦਾ ਆ ਸਾਡਾ ਇਹਦੇ 'ਚ ਕੋਈ ਕਸੂਰ ਨਹੀਂ ਗਾ ਪਰ ਅੱਜ ਤੋਂ ਪਹਿਲਾਂ ਪਾਣੀ ਕਦੀ ਨਹੀਂ ਆਇਆ ਸਾਡੀ ਜਿਹੜੀ ਫਤਿਹਗੜ੍ਹ ਚੂੜੀਆਂ ਤੋਂ ਗੈਸ ਏਜੰਸੀ ਉਹਦੇ 'ਚ ਕੋਈ ਸ਼ਿਕਾਇਤ ਨਹੀਂ ਆਈ ਕਦੀ ਇਹਨਾਂ ਨੇ ਜਦੋਂ ਦੀ ਖੋਲ੍ਹੀ ਆ ਪਿੰਡ ਦੇ ਵਿੱਚ ਗੈਸ ਘੱਟ ਹੋਣ ਦੀ ਮੁਸ਼ਕਲਾਂ ਤਾਂ ਆਉਂਦੀ ਸੀ ਪਾਣੀ ਦੀ ਵੀ ਆਉਂਦੀ ਸੀ ਇਹ ਹੁਣ ਕਹਿੰਦੇ ਨੇ ਵੀ ਤੁਸੀਂ ਸਾਨੂੰ ਵਾਪਸ ਸਿਲੰਡਰ ਦੇ ਕੇ ਉੱਥੋਂ ਭਰਿਆ ਸਿਲੰਡਰ ਲੈ ਲਓ ਜੇਕਰ ਇਹਨਾਂ ਦੇ ਕੰਮ ਦੇ 'ਚ ਪਾਰਦਰਸ਼ਤਾ ਹੋਏ ਤਾਂ ਜਦੋਂ ਇਹ ਵਾਪਸ ਸਾਡੇ ਕੋਲ ਖਾਲੀ ਸਿਲੰਡਰ ਲੈਂਦੇ ਨੇ ਕੰਡੇ ਨਾਲ ਤੋਲ ਕੇ ਨਹੀਂ ਲੈ ਸਕਦੇ ਪਰ ਇਹਦੇ ਵਿੱਚ ਚੋਰ ਮੋਰੀ ਆ ਮਿਲੀ ਭੁਗਤ ਆ ਠੇਠਰਕਿਆਂ ਵਾਲੀ ਗੈਸ ਏਜੰਸੀ ਜਿਹੜੀ ਆ ਉਹ ਵੀ ਨਾਲ ਇਹਨਾਂ ਦੇ ਸ਼ਾਮਿਲ ਆ ਇਸ ਕਰਕੇ ਭਰਾਓ ਲੁੱਟਾਂ ਤੋਂ ਚੋਰੀ ਤੋਂ ਬਚੋ
ਇਹ ਕਰਪਟ ਲੋਕ ਜਿਹੜੇ ਨੇ ਇਹ ਇੱਕ ਹੋਏ ਨੇ ਤੇ ਸਾਡੇ ਜਿਹੜੇ ਪਿੰਡਾਂ ਦੇ ਲੋਕ ਨੇ ਉਹ ਇੱਕ ਨਹੀਂਗੇ। ਇਸ ਕਰਕੇ ਯੂਨੀਅਨਾਂ ਦਾ ਸਾਥ ਦਿਓ, ਪੰਜਾਬ ਕਿਸਾਨ ਮਜ਼ਦੂਰ ਯੂਨੀਅਨ ਦਾ ਜਿਹੜਾ ਇਹ ਅਸੀਂ ਫੜਿਆ ਇਹਨਾਂ ਨੂੰ ਸਾਰੇ ਜਾਣੇ, ਇਕਾਈਆਂ ਬਣਾਓ ਜਿਹੜੀ ਮਰਜ਼ੀ ਜਥੇਬੰਦੀ ਦੀ ਬਣਾਓ ਤੇ ਆਪਣੀ ਜਿਹੜੀ ਲੁੱਟ ਤੋਂ ਬਚੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂ, ਮੇਰਾ ਗੁਰਵ ਸਿੰਘ ਹੈ ਜੀ, ਏਜੰਸੀ ਸ਼ਾਹਪੁਰ ਜਾਜਨ ਤੋਂ ਮੈਂ ਮੈਨੇਜਰ ਹਾਂ। ਆਪਾਂ ਖੁਦ ਦੇ ਵੇਟ ਪਿੰਡ 'ਚ ਆਉਂਦੇ, ਇੱਥੇ ਦੋ ਸੰਡ ਸਾਡੇ ਕੋਲ ਡਿਫੈਕਟਡ ਆਏ ਆ, ਜਿਹਦਾ ਇੱਕ ਦਾ ਵੇਟ 24 ਕਿਲੋ ਹੈ, ਦੂਜੇ ਦਾ ਵੇਟ 19 ਕਿਲੋ ਹੈ। ਨੀਅਰ ਅਬਾਊਟ ਇੱਕ ਦੇ ਵਿੱਚ 6 ਕਿਲੋ ਪਾਣੀ ਹੈ ਅਤੇ ਦੂਜੇ ਦੇ ਵਿੱਚ 3 ਕਿਲੋ। ਇਟ ਮੀਨਸ ਕਿ ਜੇ ਸੰਡਰ ਇਹ ਜਿਹੜੇ ਹੈ ਉਹ ਵਾਟਰਫਿਲਡ ਹੈ, ਜਿਹਦਾ ਕੰਪਨੀ ਫੁੱਲ ਰਿਸਪੋਂਸੀਬਿਲਟੀ ਲੈਂਦੀ ਹੈ। ਠੀਕ ਹੈ ਜੀ, ਅਗਰ ਅਸੀਂ ਕੰਪਨੀ ਵਿੱਚ ਵਾਪਸ ਕਰਦੇ ਹਾਂ ਉਹਦੇ ਵੱਟੇ ਕਸਟਮਰ ਨੂੰ ਪ੍ਰੋਪਰ ਗੈਸ ਦਿੱਤੀ ਜਾਂਦੀ ਹੈ। ਔਰ ਅਸੀਂ ਇੱਥੋਂ ਤੱਕ ਹੈ ਕਿ ਕਸਟਮਰ ਤੱਕ ਅਸੀਂ ਇਹ ਗੱਲ ਜਾਣ ਨਹੀਂ ਦਿੰਦੇ, ਅਸੀਂ ਮੌਕੇ 'ਤੇ ਉਨੇ ਪੈਸੇ ਲੈ ਕੇ ਉਹਨਾਂ ਨੂੰ ਸੰਡਰ ਡਿਲੀਵਰ ਕਰ ਦੇਈਦਾ। ਇੱਥੇ ਵੀ ਆਪਾਂ ਉਹੀ ਸਭ ਕੁਝ ਕਰਨ ਲਈ ਆਏ ਸੀ, ਪਰ ਪਾਣੀ ਸਰ ਹੁਣ ਡਿਫੈਕਟਡ ਸਿਲੰਡਰ ਹੈ। ਇਹ ਪ੍ਰੋਪਰ ਕੰਪਨੀ ਮੈਂਸ਼ਨ ਕਰਦੀ ਹੈ ਕਿ ਅਗਰ ਕਿਤੇ ਕੋਈ ਡਿਫੈਕਟਡ ਸਿਲੰਡਰ ਆਉਂਦਾ ਉਹ ਤੁਸੀਂ ਕੰਪਨੀ ਨੂੰ ਰਿਟਰਨ ਕਰੋ, ਕੰਪਨੀ ਉਹਦੇ ਰਿਟਰਨ ਤੇ ਤੁਹਾਨੂੰ 19 ਗੈਸ ਦਿੰਦੀ ਹੈ। ਪ੍ਰੋਪਰ ਅਵੇਅਰ ਕਰੀਦਾ ਜੀ, ਹਰ ਪਰਚੀ ਦੀ ਬੈਕ ਸਾਈਡ 'ਤੇ ਇਹ ਚੀਜ਼ ਲਿਖੀ ਹੁੰਦੀ ਹੈ। ਜਦੋਂ ਆਪਾਂ ਕਸਟਮਰ ਨੂੰ ਕੈਸ ਮੈਮੋ ਸਲਿੱਪ ਦਿੰਦੇ ਹਾਂ ਏਜੰਸੀ ਤੋਂ, ਜਦੋਂ ਉਹਨਾਂ ਦਾ ਵੋਚਰ ਕੱਟਿਆ ਜਾਂਦਾ ਹੈ, ਇੱਥੋਂ ਤੱਕ ਏਜੰਸੀ ਦੇ ਵਿੱਚ ਪੂਲ ਗੋਦਾਮ ਦੇ ਉੱਪਰ ਇਹ ਅਸੀਂ ਫਲੈਸ਼ ਕੀਤੀ ਹੋਈ ਹੈ। ਮੇਰਾ ਨਾਮ ਜਸਪਾਲ ਸਿੰਘ ਆ, ਮੈਂ ਸਾਬਰ ਗੈਸ ਏਜੰਸੀ ਦਾ ਓਨਰ ਹਾਂ। ਸਾਡੀ ਇੰਡੀਅਨ ਆਇਲ ਕੰਪਨੀ ਆ। ਇਹਦੇ ਵਿੱਚ ਇੱਦਾਂ ਹੈ ਕਿ ਜਦੋਂ ਸਿਲੰਡਰ ਵਾਟਰਫਿਲਡ ਆ ਜਾਂਦਾ ਹੈ, ਉਹ ਵਾਟਰਫਿਲਡ ਸਿਲੰਡਰ ਅਸੀਂ ਆਪਣੇ ਕੋਲ ਜਮ੍ਹਾਂ ਕਰਕੇ ਤਾਂ ਗਾਹਕ ਨੂੰ ਮੌਕੇ 'ਤੇ ਮੌਕੇ ਹੀ ਉਨੇ ਪੈਸੇ ਲੈਸ ਕਰਕੇ ਉਹਨੂੰ ਸਿਲੰਡਰ ਭਰ ਦਿੱਤਾ ਜਾਂਦਾ ਹੈ। ਜਿਹੜਾ ਡਿਫੈਕਟਿਵ ਸਿਲੰਡਰ ਵਾਟਰਫਿਲਡ ਆ, ਉਹ ਅਸੀਂ ਗੱਡੀ ਵਿੱਚ ਵਾਪਸ ਪਾ ਕੇ ਕੰਪਨੀ ਨੂੰ ਸੈਂਡ ਕਰਨਾ ਹੁੰਦਾ ਹੈ। ਉਸ ਤੋਂ ਬਾਅਦ ਬਣਦੇ ਪੈਸੇ ਜਿਹੜੇ ਆ ਸਾਨੂੰ ਇੰਡੀਅਨ ਆਇਲ ਕੰਪਨੀ ਜਿਹੜੀ ਆ ਸਾਡੇ ਖਾਤੇ ਵਿੱਚ 1-2-3-4 ਦਿਨ ਤੱਕ ਪਾ ਦਿੰਦੀ ਆ। ਅਸੀਂ ਪਿੰਡ ਪਿੰਡ ਜਾ ਕੇ ਗੁਰਦੁਆਰਾ ਸਾਹਿਬ ਜਾਂ ਕਿਤੇ ਸਕੂਲ ਜਾ ਕੇ ਕੈਂਪ ਲਗਾਈਦੇ ਨੇ ਕਿ ਅਦਰਵਾਈਜ਼ ਪਾਣੀ ਆ ਜਾਏ ਜਾਂ ਕੋਈ ਹੋਰ ਕੋਈ ਚੀਜ਼ ਹੋ ਜਾਏ ਜਾਂ ਕੋਈ ਲੀਕੇਜ ਆ ਜਾਏ ਸਿਲੰਡਰ ਵਿੱਚ, ਕਿਸੇ ਵੀ ਚੀਜ਼ ਦੀ ਪ੍ਰੋਬਲਮ ਆਏ ਤਾਂ ਸਾਨੂੰ ਦੱਸਿਆ ਜਾਵੇ, ਅਸੀਂ ਉਸ ਚੀਜ਼ ਦਾ ਮੌਕੇ 'ਤੇ ਜਾ ਕੇ ਹੱਲ ਕਰਾਂਗੇ। ਬਿਲਕੁਲ ਇਹ ਦੋਸ਼ ਜਿਹੜੇ ਨੇ ਬਿਲਕੁਲ ਗਲਤ ਨੇ। ਇਹ ਚੀਜ਼ ਅਸੀਂ ਵੀ ਮੰਨਦੇ ਹਾਂ ਕਿ ਪਾਣੀ ਕੰਪਨੀ ਵੱਲੋਂ ਆ ਜਾਂਦਾ ਹੈ, ਪਰ ਕੰਪਨੀ ਵੀ ਜਿਹੜੀ ਹੈ ਇਹ ਪਾਣੀ ਪਾ ਕੇ ਨਹੀਂ ਭੇਜਦੀ। ਇਹ ਜਿਹੜੇ ਵਾਟਰਫਿਲਡ ਆ ਜਾਂਦੇ ਨੇ ਸਿਲੰਡਰ, ਇਹ ਜਿਹੜੇ ਨੇ ਕੰਪਨੀ ਜਿਹੜੀ ਆ ਪਾ ਕੇ ਨਹੀਂ ਭੇਜਦੀ, ਪਰ ਕੀ ਆ ਵੀ ਉਹਦੇ ਵਿੱਚ ਜਿਹੜਾ ਸਿਲੰਡਰ ਆਉਂਦਾ ਹੈ ਉਹ ਇੱਕ ਔਂਸ ਦੇ ਤੌਰ 'ਤੇ ਬਣ ਕੇ ਆ ਜਾਂਦਾ ਪਾਣੀ, ਇੱਕ ਥੱਲੇ ਔਂਸ ਜਿਹੜੀ ਬਣਦੀ ਆ ਸਿਲੰਡਰਾਂ ਦੇ ਥੱਲੇ, ਉਹਦਾ ਪਾਣੀ ਇਕੱਤਰ ਹੋ ਕੇ ਇਹ 2-2-3-3 ਕਿਲੋ ਪਾਣੀ ਜਿਹੜਾ ਉਹਦੇ ਵਿੱਚ ਇਕੱਠਾ ਹੋ ਜਾਂਦਾ ਹੈ। ਅਸੀਂ ਆਪਣੇ ਗਾਹਕਾਂ ਨੂੰ ਆਪਣੇ ਕਸਟਮਰ ਨੂੰ ਇਹੀ ਅਪੀਲ ਕਰਦੇ ਹਾਂ, ਹੱਥ ਜੋੜ ਕੇ ਅਪੀਲ ਕਰਦੇ ਹਾਂ ਕਿ ਕੋਈ ਵੀ ਪ੍ਰੋਬਲਮ ਸਿਲੰਡਰ ਵਿੱਚ ਪਾਣੀ ਦੀ ਆ ਜਾਏ, ਲੀਕੇਜ ਦੀ ਆ ਜਾਏ, ਉਹ ਪ੍ਰੋਬਲਮ ਜਿਹੜੀ ਆ ਸਾਨੂੰ ਦੱਸੀ ਜਾਵੇ। ਸਾਡੇ ਜਿਹੜੇ ਮੁੰਡੇ ਨੇ ਪਿੰਡਾਂ ਵਿੱਚ ਗੈਸ ਸਿਲੰਡਰ ਲੈ ਕੇ ਜਾਂਦੇ ਨੇ, ਉਹਨਾਂ ਨੂੰ ਨਾ ਰੋਕਿਆ ਜਾਵੇ, ਉਹਨਾਂ ਨੂੰ ਨਾ ਡਰਾਇਆ ਧਮਕਾਇਆ ਜਾਵੇ। ਜੋ ਵੀ ਦਿੱਕਤ ਆ, ਜਾਂ ਤਾਂ ਉਹ ਮੁੰਡੇ ਜਿਹੜਾ ਮੌਕੇ 'ਤੇ ਮੁੰਡਾ ਹੈ ਉਹਦੇ ਨਾਲ ਗੱਲ ਕਰਕੇ ਤਾਂ ਉਨੇ ਪੈਸੇ ਜਿੰਨਾ ਵਾਟਰ ਪਾਣੀ ਆ ਉਹਨੇ ਪੈਸੇ ਘੱਟ ਕਰ ਦਿੱਤੇ ਜਾਣ, ਜਾਂ ਫਿਰ ਆਪਣਾ ਸਿਲੰਡਰ ਆਪਣਾ ਲਿਆ ਕੇ ਗੋਦਾਮ ਦੇ ਵਿੱਚ ਸਾਡੇ ਕੋਲੋਂ ਮੌਕੇ 'ਤੇ ਬਦਲੀ ਕਰਵਾ ਸਕਦੇ ਹਾਂ। ਅਸੀਂ ਤਾਂ ਕੰਪਨੀ ਨੂੰ ਵੀ ਅਪੀਲ ਕਰਦੇ ਹਾਂ ਵੀ ਸਾਨੂੰ ਮਾਰਕੀਟ ਵਿੱਚ ਉਤਾਰਿਆ ਗਿਆ ਹੈ ਅਤੇ ਸਾਨੂੰ ਬਿਲਕੁਲ ਸਹੀ ਸਿਲੰਡਰ ਭੇਜੋ ਤਾਂ ਕਿ ਕੰਪਨੀ ਦੀ ਵੀ ਇੱਜ਼ਤ ਬਣੀ ਰਹੇ ਅਤੇ ਸਾਡੀ ਵੀ ਥੱਲੇ ਇੱਜ਼ਤ ਬਣੀ ਰਹੇ।